ਸਵਾਮੀ ਆ ਰਹੇ ਸੀ ਜੋ ਸਾਰ ਸਰਵਦੇਸ਼ੀ ਕਾਰਜ ਪ੍ਰਤੀਨਿਧੀ ਸਭਾ ਕੇ ਵਰਲਡ ਕਾਉਂਸਿਲ ਕੇ ਅਧਿਕਸ਼ ਹੈ ਸਵਾਮੀ ਜੀ ਮੇਰੇ ਕਵੀ ਮੇਰੇ ਸਭੀ ਕਿਸਾਨ ਭਾਈਓ ਨੌਜਵਾਨ ਸਾਥੀਓ ਸਰਵਪ੍ਰਥਮ ਮੈਂ ਆਜ ਇਸ ਦੇਸ਼ ਕੇ ਸਬਸੇ ਸੰਘਰਸ਼ੀਲ ਔਰ ਜਿਨਕੀ ਛਵੀ ਬਹੁਤ ਮਜ਼ਬੂਤੀ ਕੇ ਸਾਥ ਉਭਰ ਕਰਕੇ ਇਸ ਕਿਸਾਨ ਅੰਦੋਲਨ ਮੈਂ ਆਈ ਹੈ ਆਦਰਣੀ ਚੌਧਰੀ ਰਾਕੇਸ਼ ਟਿਕੇਤ ਜੀ ਕੋ ਆਰੀ ਸਮਾਜ ਕੀ ਤਰਫ ਸੇ ਯੇ ਆਸ਼ਵਾਸਨ ਔਰ ਬਧਾਈ ਦੇਣਾ ਚਾਹਤਾ ਹੂੰ ਕਿ ਆਜ ਉਨ੍ਹੋਨੇ ਆਪਣੇ ਪੂਜੇ ਪਿਤਾ ਸਵਰਗੀ ਚੌਧਰੀ ਮਹਿੰਦਰ ਸਿੰਘ ਟਿਕੇਤ ਜੀ ਕੇ ਉਸ ਵਿਰਾਸਤ ਕੋ ਬਹੁਤ ਮਜ਼ਬੂਤੀ ਸੇ ਆਪਣੇ ਹਾਥੋਂ ਮੇਂ ਥਾਮ ਕਰਕੇ ਔਰ ਏਕ ਮਜ਼ਬੂਤ ਸੰਘਰਸ਼ਸ਼ੀਲ ਨੇਤਾ ਕਾ ਪਰਿਚੇ ਦਿਆ ਹੈ ਸਾਥੀਓ ਕੱਲ ਰਾਤ ਕੋ ਜਿਸ ਸਮੇਂ ਰਾਕੇਸ਼ ਟਿਕੇਤ ਜੀ ਨੇ ਉਨਕੇ ਹਿਰਦੇ ਮੇਂ ਜੋ ਕਿਸਾਨ ਕੇ ਪ੍ਰਤੀ ਗੰਗਾ ਔਰ ਯਮੁਨਾ ਬਹਿ ਰਹੀ ਥੀ ਜਬ ਉਨਕੀ ਵੋ ਗੰਗਾ ਯਮੁਨਾ ਕੀ ਧਾਰਾ ਆਂਖੋ ਸੇ ਬਹਿ ਕਰਕੇ ਬਾਹਰ ਨਿਕਲੀ ਔਰ ਵੋ ਭਾਵੁਕ ਹੋ ਗਈ ਬੋਲਤੇ ਬੋਲਤੇ ਤੋ ਮੈਂ ਆਪਕੋ ਯੇ ਕਹਿਣਾ ਚਾਹਤਾ ਹੂੰ ਮੈਂ 12 ਵਜੇ ਰਾਤ ਕੇ ਮੈਂ ਦੇਖ ਰਹਾ ਥਾ ਵੋ ਦ੍ਰਿਸ਼ ਉਸ ਸਮੇਂ ਮੇਰੇ ਪਾਸ ਬਹੁਤ ਸਾਰੇ ਲੋਗੋ ਕੇ ਫੋਨ ਆਏ ਔਰ ਲੋਗੋ ਨੇ ਉਸੀ ਸਮੇਂ ਆਪਣੇ ਗਾਓ ਮੇਂ ਆਪਣੇ ਇਲਾਕੇ ਮੇਂ ਕਹੀਂ ਸੜਕ ਜਾਮ ਕਰਨੇ ਕੇ ਪ੍ਰੋਗਰਾਮ ਸ਼ੁਰੂ ਕੀਏ ਕਹੀਂ ਪੰਚਾਇਤ ਬੁਲਾ ਕੇ ਯਹਾਂ ਪਹੁੰਚਨੇ ਕੀ ਯੋਜਨਾ ਬਣਾਨੀ ਸ਼ੁਰੂ ਕੀ ਔਰ ਮੈਂ ਯੇ ਕਹਿਣਾ ਚਾਹਤਾ ਹੂੰ ਕਿ 26 ਤਾਰੀਖ ਕੋ ਜਿਸ ਪ੍ਰਕਾਰ ਸੇ ਸਰਕਾਰ ਨੇ ਇੱਕ ਯੋਜਨਾਬੱਧ ਤਰੀਕੇ ਸੇ ਆਪਣੇ ਕੁਛ ਇਸ ਪ੍ਰਕਾਰ ਕੇ ਲੋਗੋ ਕੋ ਪ੍ਰੋਜੈਕਟ ਕਰਕੇ ਜੋ ਏਕ ਦ੍ਰਿਸ਼ ਦੇਸ਼ ਕੇ ਸਾਹਮਣੇ ਪ੍ਰਸਤੁਤ ਕੀਆ ਥਾ ਔਰ ਉਸੇ ਕਿਸਾਨ ਅੰਦੋਲਨ ਕੋ ਏਕ ਪ੍ਰਕਾਰ ਸੇ ਧੱਕਾ ਲਗਾ ਥਾ ਆਜ ਚੌਧਰੀ ਰਾਕੇਸ਼ ਟਿਕੇਤ ਕੇ ਇਸ ਸੰਘਰਸ਼ ਔਰ ਇਸ ਤਿਆਗ ਸੇ ਸਮਰਪਣ ਸੇ ਵੋ ਅੰਦੋਲਨ ਆਜ ਫਿਰ ਸੇ ਏਕ ਬਾਰ ਪੂਰੀ ਤਰ੍ਹਾਂ ਸੇ ਪੀਕ ਕੇ ਉੱਪਰ ਆ ਚੁੱਕਾ ਹੈ ਆਜ ਹਜ਼ਾਰੋਂ ਹਜ਼ਾਰੋਂ ਟਰੈਕਟਰ ਫਿਰ ਸੇ ਵਾਪਿਸ ਦਿੱਲੀ ਕੀ ਤਰਫ ਚੱਲ ਪੜੇ ਹੈ ਮੈਂ ਅਭੀ ਸੀਧਾ ਟੀਕਰੀ ਬਾਰਡਰ ਸੇ ਯਹਾਂ ਆ ਰਹਾ ਹੂੰ ਔਰ ਜਬ ਮੈਂ ਟੀਕਰੀ ਬਾਰਡਰ ਸੇ ਚਲਾ ਤੋ ਵਹਾਂ ਪਰ ਹਰਿਆਣਾ ਕੇ ਉਨ ਸਾਰੇ ਇਲਾਕੋ ਸੇ ਹਜ਼ਾਰੋਂ ਲੋਕ ਆਪਣੇ ਟਰੈਕਟਰੋਂ ਸੇ ਟ੍ਰੇਲੀਓ ਸੇ ਗਾੜੀਓ ਸੇ ਮੋਟਰਸਾਈਕਲੋਂ ਸੇ ਵਹਾਂ ਪਰ ਪਹੁੰਚ ਰਹੇ ਥੇ ਔਰ ਵਹਾਂ ਖੜੀ ਕਰਨੇ ਕੇ ਬਾਅਦ ਸਭ ਲੋਗੋਂ ਕਾ ਏਕ ਹੀ ਸੰਕਲਪ ਥਾ ਕਿ ਹਮ ਏਕ ਬਾਰ ਆਪਣੇ ਨੇਤਾ ਚੌਧਰੀ ਰਾਕੇਸ਼ ਟਿਕੇਤ ਜੀ ਕੋ ਜ਼ਰੂਰ ਉਨਕੋ ਆਪਣੀ ਸ਼ੁਭਕਾਮਨਾ ਦੇਂਗੇ ਉਨਕੋ ਆਪਣਾ ਏਕ ਪ੍ਰਕਾਰ ਸੇ ਸਮਰਥਨ ਦੇਂਗੇ ਔਰ ਯਹ ਆਸ਼ਵਾਸਨ ਦੇਂਗੇ ਕਿ ਤੁਮ ਆਗੇ ਬੜੋ ਇਸ ਦੇਸ਼ ਕਾ ਕਿਸਾਨ ਤੁਮਹਾਰੇ ਸਾਥ ਸਾਥ ਮੈਂ ਏਕ ਬਾਰ ਯਹਾਂ ਪਰ ਜ਼ਰੂਰ ਕਹਿਣਾ ਚਾਹੂੰਗਾ ਚਾਹਤਾ ਹੂੰ ਹਮਾਰੇ ਦੇਸ਼ ਕੇ ਸੰਵਿਧਾਨ ਨੇ ਹਰ ਨਾਗਰਿਕ ਕੋ ਹਰ ਵਿਅਕਤੀ ਕੋ ਯੇ ਅਧਿਕਾਰ ਦਿਆ ਹੈ ਮੌਲਿਕ ਅਧਿਕਾਰ ਦਿਆ ਹੈ ਕਿ ਵੋ ਇਸ ਆਪਣੀ ਆਵਾਜ਼ ਕੋ ਉਠਾਨੇ ਕੇ ਲਈ ਅੰਦੋਲਨ ਕਰੇ ਉਹ ਧਰਨੇ ਪ੍ਰਦਰਸ਼ਨ ਕਰੇ ਉਹ ਜਲੂਸ ਨਿਕਾਲੇ ਉਹ ਰੈਲੀਆਂ ਨਿਕਾਲੇ ਔਰ ਉਸਮੇ ਸ਼ਾਸਨ ਕੀ ਇਹ ਜ਼ਿੰਮੇਦਾਰੀ ਹੋਤੀ ਹੈ ਕਿ ਵੋ ਉਨ ਲੋਗੋਂ ਕੇ ਲਈ ਜੋ ਅੰਦੋਲਨ ਮੇਂ ਆਤੇ ਹੈ ਉਨਕੇ ਸੈਨੀਟੇਸ਼ਨ ਕਾ ਅਰਥਾਤ ਉਨਕੇ ਜੋ ਲੈਟ੍ਰਿਨ ਬਾਥਰੂਮ ਵਗੈਰਾ ਕੀ ਵਿਵਸਥਾ ਪੀਨੇ ਕੇ ਪਾਣੀ ਕੀ ਵਿਵਸਥਾ ਬਿਜਲੀ ਕੀ ਵਿਵਸਥਾ ਔਰ ਯਹਾਂ ਤੱਕ ਵੀ ਮੈਂ ਕਹਿਣਾ ਚਾਹਤਾ ਹੂੰ ਯੇ ਜੋ ਸਾਊਂਡ ਸਿਸਟਮ ਹੈ ਇਸਕੀ ਵੀ ਵਿਵਸਥਾ ਕਾਨੂੰਨੀ ਤੌਰ ਪੇ ਹਮਾਰਾ ਅਧਿਕਾਰ ਹੈ ਕਿ ਹਮਕੋ ਮਿਲਣਾ ਚਾਹੀਏ ਕਿੰਤੂ ਮੈਂ ਯਹਾਂ ਪਰ ਲਾਨਤ ਦੇਣਾ ਚਾਹਤਾ ਹੂੰ ਉਸ ਸਰਕਾਰ ਕੋ ਜੋ ਆਪਣੇ ਆਪ ਕੋ ਇਸ ਦੇਸ਼ ਕਾ ਹਿਤੈਸ਼ੀ ਬਤਾਤੀ ਜੋ ਆਪਣੇ ਆਪ ਕੋ ਕਿਸਾਨੋਂ ਕਾ ਹਿਤੈਸ਼ੀ ਬਤਾਤੀ ਹੈ ਕਿ ਉਨ੍ਹੋਂਨੇ ਯਹਾਂ ਪਰ ਹਮਾਰੇ ਅੰਦੋਲਨਕਾਰੀ ਕਿਸਾਨ ਭਾਈਓ ਕੇ ਲਈ ਪਾਣੀ ਕਾ ਵੀ ਕਨੈਕਸ਼ਨ ਕੱਟ ਦਿਆ ਬਿਜਲੀ ਕਾ ਵੀ ਕਨੈਕਸ਼ਨ ਕੱਟ ਦਿਆ ਔਰ ਰਾਤ ਕੇ ਅੰਧੇਰੇ ਮੇਂ ਕੁਛ ਆਪਣੇ ਗੁੰਡੋਂ ਕੋ ਜੋ ਕਿਰਾਏ ਪਰ ਲਾਏ ਗਏ ਥੇ ਯਹਾਂ ਕੇ ਸਥਾਨੀਏ ਵਿਧਾਇਕ ਹਮਾਰੇ ਸਾਥੀਓ ਕੇ ਸਾਥ ਬਦਤਮੀਜ਼ੀ ਕਰਨੇ ਲਗੇ ਹਮਾਰੇ ਨੇਤਾ ਕੇ ਉੱਪਰ ਅਨੇਕ ਤਰ੍ਹਾਂ ਕੀ ਗਾਲੀ ਗਲੋਚ ਕਰਨੇ ਲਗੇ ਮੈਂ ਕਹਿਣਾ ਚਾਹਤਾ ਹੂੰ ਸਰਕਾਰ ਅੱਛੀ ਤਰ੍ਹਾਂ ਸੇ ਹੋਸ਼ ਮੇਂ ਆ ਜਾਏ ਔਰ ਇਨ ਕਿਸਾਨੋਂ ਕੇ ਧੈਰਯ ਕੀ ਪਰੀਕਸ਼ਾ ਮਤ ਲੇ ਅਗਰ ਇਨ ਕਿਸਾਨੋਂ ਨੇ ਆਪਣਾ ਜੋ ਸਵਰੂਪ ਹੈ ਵੋ ਇਸ ਪ੍ਰਕਾਰ ਸੇ ਔਰ ਅਧਿਕ ਵਿਅਕਤ ਕਰ ਦਿਆ ਤੋ ਸਰਕਾਰ ਕੋ ਲੇਨੇ ਕੇ ਦੇਨੇ ਪੜ ਜਾਏਂਗੇ ਔਰ ਇਸ ਦੇਸ਼ ਕੇ ਅੰਦਰ ਬਹੁਤ ਕੁਛ ਇਸ ਪ੍ਰਕਾਰ ਕਾ ਹੋ ਸਕਤਾ ਹੈ ਕਿ ਉਸਕਾ ਪਰਿਣਾਮ ਸਰਕਾਰ ਕੋ ਭੁਗਤਨਾ ਪੜੇਗਾ ਮੈਂ ਯਹਾਂ ਪਰ ਏਕ ਬਾਤ ਕਹਿ ਕੇ ਆਪਣੀ ਬਾਤ ਕੋ ਖਤਮ ਕਰਤਾ ਹੂੰ ਕਿਸਾਨ ਪਿਛਲੇ ਮਹੀਨੋਂ ਸੇ ਸੰਘਰਸ਼ ਕਰ ਰਹਾ ਹੈ ਪੂਰੀ ਸਰਦੀ ਉਸਕੇ ਸਿਰ ਕੇ ਉੱਪਰ ਸੇ ਉਤਰ ਗਈ ਲਗਭਗ 150-200 ਲੋਕ ਆਪਣੇ ਜੀਵਨ ਕੀ ਆਹੂਤੀ ਦੇ ਕਰ ਕਿਸਾਨ ਭਾਈ ਇਸ ਦੁਨੀਆ ਸੇ ਚਲੇ ਗਏ ਸ਼ਹੀਦ ਹੋ ਗਏ ਔਰ ਇਸ ਸਰਕਾਰ ਕੇ ਕਾਨ ਪੇ ਜੋ ਨਹੀਂ ਰੇਂਗ ਰਹੀ ਹੈ ਹਮਾਰੇ ਦੇਸ਼ ਕੇ ਪ੍ਰਧਾਨ ਮੰਤਰੀ ਅਮਰੀਕਾ ਮੇਂ ਅਗਰ
और यहाँ पर बैठे हुए किसान जो सर्दी के कारण से, मौसम के खराब होने के कारण से उनकी मौत हो जाती है, वो शहीद हो जाते हैं एक सही जायज मांग के लिए, उनके लिए एक भी शब्द इस देश की सरकार के किसी नुमाइंदे ने, किसी मंत्री ने, किसी अधिकारी ने और स्वयं देश के प्रधानमंत्री ने नहीं बोला। इससे बड़ी लानत की बात और क्या हो सकती। किस बात के लिए वो किसानों के अपने आप को हितैषी बताते हैं। इसलिए साथियों ये आंदोलन चलेगा, हमारे तीनों जो हमारे ऊपर कानून थोपे गए हैं वो वापस होंगे और भी जो मांग लेकर के किसान चल रहे हैं वो पूरे होंगे, किंतु हमें सब लोगों को बड़े धैर्य के साथ और पूरी तरीके से अपने आप को संयम में, अनुशासन में रखते हुए आंदोलन को चलाना पड़ेगा। ये सरकार हमारे बीच में फूट डालने की बात करती, कहीं जाति का नाम ले रहे हैं, कहीं और अपना रही है, इन तरीकों को हम पूरी तरह से रद्दी की टोकरी में फेंक दें। आज कई जगह पर 20-20 50-50 लोग किराए पर ला करके आंदोलन के खिलाफ नारे लगवाए गए हैं। सिग्मू बॉर्डर पर भी लगवाए गए, कीकरी बॉर्डर पर भी लगाए गए और अभी जब मैं यहाँ ऊपर आने लगा था नीचे भी 20-30 लोग अपने ऐसे ही शोर मचा रहे थे कि ये बॉर्डर खाली करो। ये 50-40 लोग जिनको पैसा देकर और सरकार और सरकार की पार्टी इन किसानों के खिलाफ ये जो इस प्रकार की चीजें कर रही है, हम ये समझते हैं कि वो जान पूछ कर प्रोवोक कर रही है किसानों को कि ये थोड़ा गुस्से में आए और गुस्से में आकर कुछ ना कुछ ऐसा करें जिससे कि लोग आपस में भिड़ जाएं, किंतु हम धैर्य के साथ ऐसे लोगों की अनदेखी करें और अपने आंदोलन को आगे बढ़ाते रहें। फिर एक बार भाई राकेश टिकैत जी को मैं बहुत बहुत साधुवाद देता हूँ। भगवान करे उनकी आयु 100 वर्ष तक इन देश के किसानों की लड़ाई लड़ते हुए वो इस अन्नदाता के लिए एक बहुत बड़े मसीहा के रूप में उभरे। इन शब्दों के साथ आर्य समाज का जो संगठन देश विदेश में है, उस पूरे आर्य समाज के संगठन की तरफ से इन किसानों की जायज मांगों के लिए हम पूरा समर्थन करते हैं। हजारों लोग हमारे इस काम में लगे हुए हैं और हम साधु सन्यासी होकर के भी जिसका परमिट इस पार्टी ने ले रखा था वो परमिट भी अब एक प्रकार से रद्द हो गया है। साधु किसी के बपोती नहीं है। मैं तो देश के सारे धर्म गुरुओं से भी कहता हूँ, जो बड़े बड़े हमारे मंडलेश्वर हैं, शंकराचार्य हैं, उन सबको भी कहता हूँ आओ ये धर्म युद्ध है, ये महाकुंभ हो रहा है यहाँ पर, यहाँ आने से पाप कटेगा, कहीं दूर जाकर के नदी में डुबकी लगाने से पाप नहीं कटेगा। सब लोग यहाँ जाएं और किसानों के साथ बैठे और प्रशासन समझ ले टिकैत अकेले नहीं है। टिकैत के ऊपर अगर उंगली प्रशासन की उठी तो सारे देश के अंदर एक बहुत बड़ा एक तरह से विद्रोह खड़ा हो जाएगा और इनको मुश्किल खड़ी हो जाएगी कि कैसे उसको नियंत्रित करें। इन शब्दों के साथ बहुत बहुत धन्यवाद, बहुत बहुत साधुवाद।